वाहेगुरु जी। हम संतन की रेन प्यारे, हम संतन की सरना, संत हमारी ओर सतानी, संत हमारा गहना। चौपाई लोकपाद एक पूकत पारा, मुझा को यास सब कौन मजारा, दशरथ को वह मीत कही जा, जागो फिर अमंगल चीजा। वाहेगुरु जी का खालसा, वाहेगुरु जी की फतेह। परम सन्मान योग संत महात्मा अते विद्यार्थी का आप समूह असीसा देण वाले हो के पातशाह दे बाणी नू, पातशाह दे विचार नू असे मिल के सांझे करिए। असीसा संतां महापुरखां ने देनियां, संगत ने देनियां, अते विद्यार्थी भी जो ये ग्रंथ नू सुणनगे पढ़नगे ਉਹ ਵੀ ਉਹ ਸਮਝਣ ਅਤੇ ਅਸੀਸਾਂ ਦੇਣ ਕਿ ਬਾਦਸ਼ਾਹ ਸਾਨੂੰ ਸਭਨਾਂ ਨੂੰ ਸਮਰਥ ਪ੍ਰਦਾਨ ਕਰਨ। ਮਿਲ ਕੇ ਰਹੀਏ, ਆਪਸੀ ਵਿਤਕਰੇ ਦੂਰ ਹੋਣ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ ਲਿਵਲਾਏ, ਦੁਬਧਾ ਦੂਰ ਹੋਵੇ ਹੋਮੈ ਦੂਰ ਹੋਵੇ। ਮਿਲ ਕੇ ਪੰਥ ਨੂੰ ਅੱਗੇ ਵਧਾਈਏ, ਆਪਣੀ ਹੈਂਕੜਬਾਜ਼ੀ ਨੂੰ ਛੱਡੀਏ, ਆਪਣੀ ਖੁਦਗਰਜ਼ੀ ਨੂੰ ਤਿਆਗੀਏ, ਖੁਦਗਰਜ਼ੀ ਹੋਮੈ ਨੂੰ ਕਿ ਮੈਂ ਹੀ ਅੱਗੇ ਹੋਵਾਂ ਦੂਜਾ ਨਾ ਹੋਵੇ, ਇਹਨੂੰ ਤਿਆਗੀਏ। ਪਾਤਸ਼ਾਹ ਕਿਰਪਾ ਕਰ, ਪੰਥ ਪ੍ਰਤੀ ਭਾਵਨਾ ਜਾਗੇ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਅਕਾਲ ਪੁਰਖ ਰਹਿਮਤ ਕਰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਦਾ ਪੰਥ ਖਾਲਸਾ ਪੰਥ ਉਹਦੀ ਜੈ ਜੈਕਾਰ ਹੋਵੇ। ਆਓ ਪ੍ਰਭੋ ਚੰਦਰ ਨਾਟਕ ਇਸ ਗ੍ਰੰਥ ਦੇ 41 ਬੰਦ ਪਹਿਲੇ ਅੰਕ ਦੇ ਆਪ ਜੀ ਨੇ ਸ਼ੁਰੂ ਕਰ ਲਏ ਹਨ। ਆਓ 42 ਬੰਦ ਆਰੰਭ ਹੋ ਰਿਹਾ ਹੈ। ਇੱਥੇ ਕਾਮ ਕਹਿਣ ਲੱਗਾ ਕਿ ਇਹ ਰਤੀ ਮੇਰਾ ਜ਼ੋਰ ਬੜਾ ਪ੍ਰਬਲ ਹੈ, ਮੇਰੇ ਜ਼ੋਰ ਕਰਕੇ ਵੱਡੇ ਵੱਡੇ ਰਿਸ਼ੀ ਮੁਨੀ ਟਿਕ ਨਹੀਂ ਸਕੇ। ਅਤੇ ਉੱਥੇ ਇੱਕ ਸਿੰਘੀ ਰਿਸ਼ੀ, ਹੁਣ ਉਹਦੀ ਕਥਾ ਕਾਮ ਦੱਸਦਾ ਹੈ ਵੀ ਕਿਵੇਂ ਉਹ ਲੁਭਾਏਮਾਨ ਹੋਇਆ। ਆਓ ਸ਼ਰਵਣ ਕਰੀਏ ਜੀ। ਚੌਪਈ ਲੋਕਪਾਦ ਇੱਕ ਭੂਪਤ ਪਾਰਾ, ਇੱਕ ਰਾਜਾ ਸੀ, ਬੜਾ ਭਾਰੀ ਰਾਜਾ, ਭਾਰੀ ਕਹਿੰਦੇ ਵੱਡਾ ਰਾਜਾ, ਉਹਦਾ ਨਾਮ ਸੀ ਲੋਮਪਾਦ। ਲੋਮਪਾਦ ਰਾਜਾ ਲਿਖਿਆ ਲੋਪਪਾਦ, ਲੋਮਪਾਦ ਉਹਦਾ ਨਾਮ ਸੀ। ਜਾ ਕੋ ਯਸ਼ ਕੌਣ ਮਜਾਰਾ, ਜਿਹਦਾ ਯਸ਼, ਜਿਹਦੀ ਵਡਿਆਈ ਸਾਰੇ ਭਵਨਾਂ 'ਚ ਫੈਲੀ ਸੀ। ਜਾ ਕੋ ਯਸ਼ ਸਭ ਕੌਣ ਮਜਾਰਾ, ਸਾਰੇ ਲੋਕਾਂ ਵਿੱਚ ਮਝਾਰਾ ਕਹਿੰਦੇ ਵਿੱਚ ਉਹਦਾ ਯਸ਼, ਉਹਦੀ ਵਡਿਆਈ ਫੈਲੀ ਹੋਈ ਸੀ। ਦਸ਼ਰਥ ਕੋ ਉਹ ਮੀਤ ਕਹੀ ਜਾਏ, ਅਤੇ ਉਹ ਰਾਜਾ ਰਾਮ ਚੰਦਰ ਜੀ ਦੇ ਪਿਤਾ ਦਸ਼ਰਥ ਦਾ ਉਹ ਮਿੱਤਰ ਕਿਹਾ ਜਾਂਦਾ ਸੀ। ਜਾ ਕੋ ਫਿਰ ਅਮੰਗਲ ਚੀਜਾ, ਜਿਨ੍ਹਾਂ ਦਾ ਦਰਸ਼ਨ ਕਰਦਿਆਂ ਦੁੱਖ ਕਲੇਸ਼ ਦੂਰ ਹੁੰਦੇ ਸਨ। ਅਮੰਗਲ, ਅਮੰਗਲ ਕਹਿੰਦੇ ਦੁੱਖ ਕਲੇਸ਼ ਕਸ਼ਟ ਚੀਜ਼ ਦੂਰ ਹੁੰਦੇ ਸਨ। ਤਾਂ ਕਹਿ ਦੇਸ਼ ਕੋ ਬਹੁਤ ਸਥਾਰਾ, ਅਤੇ ਉਸ ਲੋਮਪਾਦ ਜਿਹੜਾ ਰਾਜਾ ਸੀ ਨਾ, ਉਸ ਦੇਸ਼ ਦਾ ਬੜਾ ਵੱਡਾ ਵਿਸਥਾਰ ਸੀ, ਭਾਵ ਬੜਾ ਵੱਡਾ ਇਲਾਕਾ ਸੀ ਉਹਦਾ, ਰਾਜ ਜਿੱਥੇ ਕਰਦਾ ਸੀ। ਵਰਖਾ ਹੋਏ ਨਾ ਤਾਂ ਮਜਾਰਾ, ਪਰ ਭਾਣਾ ਵਾਪਰਿਆ ਕਿ ਉਹਦੇ ਰਾਜ ਵਿੱਚ ਵਰਖਾ ਨਾ ਹੋਈ, ਮੀਂਹ ਨਾ ਪਿਆ। ਤਾਂ ਕੀ ਪ੍ਰਜਾ ਦੁਖੀ ਸਭ ਐਸੀ, ਅਤੇ ਉਹਦੀ ਪ੍ਰਜਾ ਬੜੀ ਦੁਖੀ ਹੋਣ ਲੱਗੀ, ਜਿੱਥੇ ਮੀਂਹ ਨਾ ਪਵੇ ਪ੍ਰਜਾ ਦੁਖੀ ਹੋਣੀ ਹੈ, ਅਤੇ ਬਹੁਤ ਦੁਖੀ ਹੋਣ ਲੱਗੀ। ਤਪਤ ਅਲਾਪ ਜਲ ਮਛਲੀ ਜੈਸੀ, ਅਲਾਪ ਨਹੀਂ ਅਲਪ, ਜਿਵੇਂ ਥੋੜ੍ਹੇ ਜਿਹੇ ਪਾਣੀ ਵਿੱਚ ਮੱਛਲੀ ਤੜਫਦੀ ਹੈ ਨਾ, ਇਸੇ ਤਰ੍ਹਾਂ ਲੋਕ ਤੜਫਣ ਲੱਗੇ। ਵਿਪ੍ਰ ਜੋਤ ਕੀ ਧੂਪ ਬੁਲਾਏ, ਰਾਜੇ ਲੋਮਪਾਦ ਨੇ ਵੱਡੇ 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 ਪੰਡਿਤ ਬ੍ਰਾਹਮਣ ਬੁਲਾ ਲਏ, ਜੋਤਸ਼ੀ ਬੁਲਾ ਲਏ। ਵਰਖਾ ਹੋਏ ਸੋ ਕੌਣ ਉਪਾਏ, ਕਹਿਣ ਲੱਗਾ ਦੱਸੋ ਭਾਈ ਕਿਵੇਂ ਵਰਖਾ ਹੋਵੇ, ਕੋਈ ਪਾ ਦੱਸੋ ਵਰਖਾ ਹੋ ਜਾਵੇ। ਵਿਪ੍ਰਨ ਬਹੁਤ ਦੁਖੀਨ ਵਿਚਾਰਾ, ਤੇ ਉਹਨਾਂ ਬ੍ਰਾਹਮਣਾਂ ਨੇ ਚੰਗੀ ਤਰ੍ਹਾਂ ਵਿਚਾਰ ਕੀਤੀ। ਧੂਪਤ ਕੋ ਇਹ ਭਾਂਤ ਉਚਾਰਾ, ਤੇ ਉਸ ਰਾਜੇ ਨੂੰ ਇਸ ਤਰ੍ਹਾਂ ਆਖਿਆ, ਉਹ ਸਾਰੇ ਬ੍ਰਾਹਮਣ ਪੰਡਿਤ ਕਹਿਣ ਲੱਗੇ, ਜੋਤਸ਼ੀ ਕਹਿਣਗੇ, ਰਾਜਾ ਜੀ ਸਾਡੀ ਜੋਤਿਸ਼ ਵਿੱਦਿਆ, ਸਾਡਾ ਜਿਹੜਾ ਕਹਿ ਲਓ ਟੇਵਾ ਟੂਵਾ ਜੋ ਵੀ ਹੈ ਸਾਡੀ ਵਿੱਦਿਆ ਦਾ ਅੰਦਾਜ਼ਾ ਇੱਕ ਲੱਗਦਾ ਹੈ। ਜੇ ਤੁਹਾਡੇ ਰਾਜ ਵਿੱਚ ਸਿੰਘੀ ਰਿਸ਼ੀ ਆ ਜਾਵੇ ਨਾ, ਸਿੰਘੀ ਰਿਸ਼ੀ ਬਨ ਭੀਤਰ ਜੋਈ ਜਿਹੜਾ ਜੰਗਲ 'ਚ ਰਹਿੰਦਾ ਹੈ,
ਆਏ ਹਾਂ ਤਬ ਵਰਖਾ ਹੋਈ। ਜਦੋਂ ਉਹ ਇੱਥੇ ਆ ਜਾਵੇ ਤਾਂ ਵਰਖਾ ਹੋਵੇਗੀ। ਵਹਿ ਨਿਰਪੇਖ ਮਹਾਮੁਨ ਗਿਆਨੀ, ਉਹ ਜਿਹੜਾ ਮਹਾਤਮਾ ਹੈ ਸਿੰਘੀ ਰਿਸ਼ੀ, ਨਿਰਪੇਖ ਹੈ, ਇੱਛਾ ਰਹਿਤ ਹੈ, ਉਹਨੂੰ ਕਿਸੇ ਦੀ ਇੱਛਾ ਨਹੀਂ, ਇੱਛਾ ਰਹਿਤ ਹੈ, ਉਹ ਨਿਰਪਿਛਤ ਹੈ, ਮਹਾਮੁਨ ਗਿਆਨੀ ਮਹਾਮੁਨੀ ਹੈ ਅਤੇ ਗਿਆਨਵਾਨ ਹੈ। ਆਵੇ ਇਸ ਪ੍ਰਕਾਰ ਰਜਧਾਨੀ, ਕਿਸ ਪ੍ਰਕਾਰ ਰਜਧਾਨੀ, ਕਿਸੇ ਤਰੀਕੇ ਨਾਲ, ਕਿਸ ਪ੍ਰਕਾਰ ਕਿਸੇ ਤਰੀਕੇ ਨਾਲ ਤੁਹਾਡੀ ਰਾਜਧਾਨੀ ਆ ਜਾਵੇ। ਲੈਣ ਤਾਂ ਕੋਈ ਜਾਵੇ, ਪਰ ਉਹਨੂੰ ਕੋਈ ਲੈਣ ਜਾਂਦਾ ਹੀ ਨਹੀਂ। ਕੌਣ ਲੈਣ ਜਾਵੇ ਉਹਨੂੰ, ਜਿੱਥੇ ਜੰਗਲ 'ਚ ਰਹਿੰਦਾ ਉੱਥੋਂ ਆਉਂਦਾ ਹੀ ਨਹੀਂ। ਸ਼ਰਾਪ ਅਗਨ 'ਤੇ ਸਭ ਡਰ ਪਾਵੇ, ਸਾਰੇ ਡਰਦੇ ਹਨ ਉਹਦੇ ਸ਼ਰਾਪ ਤੋਂ। ਉਹਦਾ ਬਚਨ ਇੱਕ ਭਾਜੀ ਹੋ ਜਾਵੇ ਤਾਂ ਲੋਕ ਤਬਾਹ ਹੋ ਜਾਂਦੇ ਨੇ, ਸਭ ਡਰਦੇ ਹਨ ਉਹਦੇ ਬਚਨਾਂ ਤੋਂ। ਤਬ ਤਿੰਨ ਵਾਰ ਵਧੂ ਸੋ ਬੁਲਾਏ, ਤਾਂ ਫਿਰ ਰਾਜੇ ਨੇ ਸਾਰੀ ਗੱਲ ਸੁਣੀ ਚੰਗੀ ਤਰ੍ਹਾਂ। ਰਾਜੇ ਨੇ ਵਾਰ ਵਧੂ ਕਹਿੰਦੇ ਚੰਗੀ ਤਰੀ ਸੋਹਣੀ ਇਸਤਰੀਆਂ ਵਾਰ ਵਧੂ ਜਿਹੜੀ ਆਮ ਕਹਿ ਲਓ ਵੇਸ਼ਵਾ ਹੁੰਦੀਆਂ, ਉਹ ਸੁੰਦਰ ਹੀ ਹੁੰਦੀਆਂ ਨਾ, ਸੁੰਦਰ ਰੂਪ ਧਾਰਨ ਕਰਕੇ ਰੱਖਦੀਆਂ, ਹਮੇਸ਼ਾ ਹਾਰ ਸ਼ਿੰਗਾਰ ਕਰਦੀਆਂ, ਉਹ ਸੱਦ ਲੀਆਂ। ਦਾਨ ਮਾਨ ਕਰ ਪਾਸ ਬਿਠਾਈ, ਅਤੇ ਉਹਨਾਂ ਨੇ ਦਾਨ ਦਿੱਤਾ, ਖੁੱਲ੍ਹਾ ਪੈਸਾ ਦਿੱਤਾ, ਉਹਨੂੰ ਸਨਮਾਨ ਕੀਤਾ, ਉਹਨਾਂ ਦਾ ਆਪਣੇ ਕੋਲ ਬਿਠਾ ਲਿਆ। ਸ਼੍ਰਿੰਗੇ ਰਿਖ ਬਨ ਜਾਹ ਅਗਾਰਾ, ਰਾਜਾ ਕਹਿਣ ਲੱਗਾ ਸੁਣੋ ਭਾਈ, ਸੁਣੋ ਜੀ, ਤੁਸੀਂ ਮੇਰੇ ਰਾਜ ਰਹਿੰਦੀਆਂ ਹੋ ਅਤੇ ਮੇਰਾ ਕੰਮ ਤੁਹਾਨੂੰ ਕਰਨਾ ਪਵੇਗਾ। ਇੱਕ ਸਿੰਘੀ ਰਿਸ਼ੀ ਹੈ ਜਿਹੜਾ ਜੰਗਲ ਵਿੱਚ ਰਹਿੰਦਾ ਹੈ, ਤਾਕੋ ਲਿਆਵੋ ਨਗਰ ਮਜਾਰਾ, ਅਤੇ ਉਸਨੂੰ ਮੇਰੇ ਨਗਰ ਵਿੱਚ ਲੈ ਕੇ ਆਓ, ਮੇਰੇ ਰਾਜ ਵਿੱਚ ਲੈ ਕੇ ਆਓ। ਸੁਣ ਕਰ ਵਾਰ ਵਧੂ ਅਕਲਾਨੀ, ਇਹ ਸੁਣ ਕੇ ਵਾਰ ਵਧੂ ਮੈਂ ਬੜੀ ਘਬਰਾ ਗਈ ਹਾਂ, ਪਤਾ ਸੀ ਉਹਨਾਂ ਨੂੰ ਮਹਾਤਮਾ ਬਾਰੇ, ਉਹ ਆਪ ਡਰ ਗਈਆਂ। ਸਾਪ ਅਗਨ ਅਤੇ ਅਤ ਡਰ ਪਾਲੀ, ਸ਼ਰਾਪ ਅਗਨ ਭਾਵ ਜਿਹੜੀ ਅਗਨੀ ਦਾ ਜਿਹੜਾ ਕਹਿ ਲਓ ਸ਼ਰਾਪ ਰੂਪੀ ਅਗਨੀ, ਉਸ ਤੋਂ ਡਰਦੀਆਂ ਸੀ, ਉਹਦਾ ਬਚਨ ਹੋ ਗਿਆ ਸੀ, ਸੜ ਕੇ ਸਵਾਹ ਹੋ ਜਾਣਗੀਆਂ। ਪਰ ਭੂਪਤ ਕੀ ਆਇਸ ਜੋਈ, ਪਰ ਜਿਹੜੀ ਰਾਜੇ ਦੀ ਆਗਿਆ ਉਹ ਵੀ ਮੰਨਣੀ ਜ਼ਰੂਰੀ ਹੈ। ਮੇਟ ਨਾ ਸਕਿਆ ਕਦਾਚਿਤ ਸੋਈ, ਦੋ ਪਾਸੇ ਮਰ ਗਈਆਂ, ਇੱਧਰ ਨੇ ਕਰਨਗੀਆਂ ਇਹ ਮਰ ਗਈਆਂ, ਉੱਧਰ ਨੇ ਉਹ ਮਰ ਗਈਆਂ, ਅਤੇ ਆਗਿਆ ਵੀ ਨਹੀਂ ਮੇਟ ਸਕਦੀਆਂ। ਤਬ ਤਿੰਨ ਏਕ ਉਪਾਅ ਸੋ ਕੀਨੋ, ਤਾਂ ਫਿਰ ਉਹਨਾਂ ਨੇ ਇੱਕ ਉਪਾਅ ਐਸਾ ਰਚਿਆ। ਨੌਕਾ ਬਾਂਧ ਸਥਲ ਸਥੰਡਲ ਕੀਨੋ, ਉਹਨਾਂ ਨੇ ਬੇੜੀਆਂ ਨੂੰ ਬੰਨ ਲਿਆ, ਉਸ ਵਿੱਚ ਕਹਿ ਲਓ ਇੱਕ ਮਿੱਟੀ ਦਾ ਥੜਾ ਬਣਾ ਲਿਆ, ਸਥੰਡਲ ਦਾ ਥੜਾ ਬਣਾ ਲਿਆ, ਮਿੱਟੀ ਦਾ ਥੜਾ ਬਣਾ ਲਿਆ। ਤਾਂ ਮੈਂ ਰੰਭਾ ਪੰਜ ਜਰਾਏ, ਅਤੇ ਉਸ ਵਿੱਚ ਉਹਨਾਂ ਨੇ ਕੀਤਾ ਕਿ ਤਾਂ ਮੈਂ ਰੰਭਾ ਪੁੰਜ ਜਰਾਏ, ਰੰਭਾ ਪੁੰਜ ਕਹਿੰਦੇ ਕੇਲੇ ਦਾ ਬ੍ਰਿਸ਼, ਕੇਲੇ ਦਾ ਵਿਸ਼ ਬਣਾ ਲਿਆ ਉਹਨਾਂ ਨੇ ਉੱਥੇ। ਲਾਡੂ ਕਰਨ ਪੂਰ ਪੂਰ ਫਲ ਲਾਏ, ਅਤੇ ਉਸ ਨੂੰ ਕੀ ਲਾ ਲਏ, ਕੋਈ ਲੱਡੂ ਲਾ ਲਿਆ, ਕੋਈ ਹੋਰ ਘੇਵਰ ਆਦਿਕ ਫਲ ਲਾ ਲਏ। ਕਹੂੰ ਜਲੇਬੀ ਕਹੂੰ ਅਪੂਪਾ, ਕਈ ਜਲੇਬੀਆਂ ਲਾਤੀਆਂ, ਕਈ ਪੂੜੀਆਂ ਰੱਖਤੀਆਂ ਉਹਨਾਂ ਨੇ। ਅਪੂਪਾ ਖਾਲਸਾ ਜੀ, ਉਹ ਇੱਕ ਮਿਠਾਈ ਹੈ, ਉਹ ਵੀ ਰੱਖ ਲਈ, ਪੂੜੇ ਆਦਿਕ, ਘੇਵਰ ਨਾ ਮਿਠਾਈ ਦੀ ਤਰ੍ਹਾਂ ਹੁੰਦਾ ਹੈ, ਬੁੱਢਾ ਜਿਹਾ ਹੁੰਦਾ ਹੈ, ਅਤੇ ਕਈ ਥਾਂ 'ਤੇ ਉਹਨੇ ਪੂੜੇ ਰੱਖ ਲਏ। ਕਹੋ ਉਸ ਬੂੰਦੀ ਰੁਚੀ ਅਨੂਪਾ, ਅਨੂਪਾ ਉਪਮਾ ਤੋਂ ਰਹਿਤ ਬੜੀ ਸੁੰਦਰ, ਬੜੀ ਸੁੰਦਰ ਉਹਨਾਂ ਕਈ ਥਾਂ 'ਤੇ ਬੂੰਦੀਆਂ ਰਚ ਲਈਆਂ। ਕ੍ਰਿਤਮ, ਕ੍ਰਿਤਮ ਕ੍ਰਿਤਮ ਬੇਲ, ਕ੍ਰਿਤਮ ਹੁੰਦਾ ਜਿਹੜਾ ਕ੍ਰਿਤਮ ਬਣਾਈ ਹੋਵੇ ਝੂਠ ਮੂਠ ਦੀ। ਤਮੈ ਰਚੀ ਫੂਲ ਭਾਤ ਬਹੁ ਪਾਏ, ਅਤੇ ਉਹਨਾਂ ਨੇ ਕੀਤਾ ਕਿ ਕ੍ਰਿਤਮ ਬੇਲ, ਕੇਲੇ ਦੇ ਮਨ ਵਿੱਚ ਕਾਗਜ਼ਾਂ ਦੀਆਂ ਕੇਲੇ ਬਨੋਟੀਆਂ ਵੇਲਾ ਬਣਾ ਲਈਆਂ ਉਹਨਾਂ ਨੇ, ਕ੍ਰਿਤਮ ਬਣਾ ਲਈਆਂ ਨਾ ਜਿਹੜੀਆਂ ਐਵੇਂ ਹੋਣ। ਤਾਂ ਮੈਂ ਰਚੀ, ਉਸਦੀ ਰਚ ਲੀਆਂ, ਤਾਂ ਮੈਂ ਰਚੀ ਫੂਲ ਪਾਤ ਬਹੁ ਪਾਏ, ਫੂਲ ਪੱਤਰ ਆਦਿ ਕਈ ਬਣਾ ਲਏ। ਲਾਚੀ ਦਾਣੇ ਕੀ ਦਹਾਂ ਰਚੀ ਸੁਦਾਖ ਬਣਾ, ਲਾਚੀਆਂ ਦਾਣੇ ਦਾਖਾਂ ਆਦਿ ਉਹ ਵੀ ਸਾਰ ਲਟਕਾ ਲਈਆਂ ਉਹਨਾਂ ਨੇ। ਜੋ ਪਈ ਯਾ ਬਿਪਤਾਰ ਅਡੰਬਰ ਬਾਲਾ, ਇਸ ਤਰ੍ਹਾਂ ਉਹਨਾਂ ਨੇ, ਉਹਨਾਂ ਵੇਸ਼ਵਾ ਨੇ, ਇਸਤਰੀਆਂ ਨੇ ਇਹ ਅਡੰਬਰ ਬਣਾ ਲਿਆ। ਗਈ ਤਹਾਂ ਜਿਹੇ ਵਿਪਨ ਵਿਸ਼ਾਲਾ, ਜਿੱਥੇ ਬੜਾ ਡੂੰਘਾ ਜੰਗਲ ਸੀ, ਭਾਵ ਘਣਾ ਜੰਗਲ ਸੀ, ਉੱਥੇ ਚਲੀ ਗਈਆਂ। ਸੁਮਨ ਆਸ਼ਰਮ ਤੇ ਕਿੰਚਿਤ ਦੂਰ, ਮੁਨੀ ਦੇ ਆਸ਼ਰਮ ਤੋਂ ਥੋੜ੍ਹਾ ਦੂਰ ਜਾ ਕੇ, ਨੌਕਾ ਥਾਪੀ ਨੀਰ ਗਰੂਰਾ, ਨੀਰ ਗਰੂਰਾ ਜੀ ਤੇ ਪਾਣੀ ਥੋੜ੍ਹਾ ਡੂੰਘਾ ਸੀ ਨਾ, ਭਾਵ ਜਿੱਥੇ ਪਾਣੀ ਵਿੱਚ ਨੌਕਾ ਠਹਿਰ ਸਕਦੀ ਸੀ, ਉੱਥੇ ਉਹਨਾਂ ਨੇ ਉਹ ਨੌਕਾ ਰੱਖ ਦਿੱਤੀ। ਥੋੜਸ ਵਰਖਣ ਕੀ ਬਹੁ ਬਾਲਾ, ਤੇ 16 ਸਾਲ ਦੀਆਂ ਲਗਭਗ ਉਹ ਇਸਤਰੀਆਂ ਸੀ। ਗਈ ਤਹਾਂ ਜਿਹੇ ਮੁਨੀ ਵਿਸ਼ਾਲਾ, ਜਿੱਥੇ ਮੁਨੀ ਬੜਾ ਮਹਾਤਮਾ ਬੈਠਾ ਸੀ ਉੱਥੇ ਚਲੀ ਗਈਆਂ। ਲਾਡੂ ਕਰਨਪੂਰ, ਕਰਨਪੂਰ ਕਰਨਪੂਰ ਫਲ ਜੇ, ਲਾਡੂ ਕਰਨਪੂਰ ਆਦਿਕ ਜਿਤਨੇ ਫਲ ਸੀ, ਪਾਤ ਪਲਾਸ ਧਰੇ ਸਭ ਦੇਤੇ, ਉਹ ਕਹਿ ਲਓ ਪਾਤ ਪਲਾਸ ਜਿਹੜੇ ਹੋਰ ਦਰਖਤਾਂ ਦੇ ਪੱਤੇ ਸਨ ਉਹ ਤੋੜ ਤੋੜ ਕੇ ਤੱਕ ਕੇ ਉੱਥੇ ਰੱਖ ਲਏ। ਜਦੋਂ ਸਿੰਘੀ ਨਿੱਕ ਨਾਲ ਉਹਨੇ ਜਾ ਕੇ ਅੱਖਾਂ ਮਿਲਾਈਆਂ ਉਹਨਾਂ ਨੇ, ਸਿੰਘੀ ਰਿਖ ਤਹ ਨੈਣ ਮਿਲਾਏ, ਨੈਣ ਮਿਲਾਏ ਭਾਵ ਆਪਣੀ ਅੱਖਾਂ ਜੋੜ ਕੇ, ਆਪ ਸਮਾਧੀ ਚ ਲੀਨ ਹੋ ਕੇ ਰੱਬ ਨਾਲ ਜੁੜਿਆ ਹੋਇਆ ਸੀ, ਧਿਆਨ ਨਿਸ਼ਟ, ਧਿਆਨ ਪੱਕਾ ਜੁੜਿਆ ਸੀ, ਮੁੱਖ ਵੇਦ ਅਲਾਏ,
ਆਪਣੇ ਮੁਖ ਤੋਂ ਵੇਦ ਆਦਿ ਗਾਇਨ ਕਰ ਰਿਹਾ ਸੀ। ਜਦੋਂ ਅੱਖਾਂ ਬੰਦ ਉਹਨੇ ਸੁਣਿਆ ਵੀ ਇਹ ਘੁੰਗਰ ਦੀ ਆਵਾਜ਼ ਕੀ ਆ ਰਹੀ, ਘੁੰਗਰੂ ਦੀ ਆਵਾਜ਼ ਆ ਰਹੀ ਹੈ, ਪੈਰ ਦੇ ਘੁੰਗਰੇ ਦੀ ਆਵਾਜ਼ ਆ ਰਹੀ ਹੈ। ਸ੍ਰੇਸ਼ਟ ਮੁਨੀ ਨੇ, ਮੁਨਵਰ ਕਹਿੰਦੇ ਸ੍ਰੇਸ਼ਟ ਮੁਨੀ ਨੇ, ਜਦੋਂ ਆਪਣੀ ਅੱਖਾਂ ਖੋਲੀਆਂ, ਮੁਨ ਉਰਜਾਨ, ਉਹ ਰਿਖੀ ਨੇ ਉਹਨਾਂ ਕੰਜਰੀਆਂ ਨੂੰ ਮਨ ਵਿੱਚ ਮੁਨੀ ਜਾਣ, ਕਦੀ ਵੇਖੀ ਤਾਂ ਨਹੀਂ ਸੀ, ਉਹ ਵੇਸ਼ਵਾ ਨੂੰ ਉਹਨਾਂ ਨੇ ਜਾਣ ਕੇ ਨਾ ਵੀ ਕੋਈ ਮੁਨੀ ਆਏ, ਉਹਨੂੰ ਵੰਦਨਾ ਕੀਤੀ ਤੇ ਉਹਨਾਂ ਨੇ ਪੈਰ ਧੋਣ ਲਈ ਪਾਣੀ ਲੈ ਕੇ ਆ ਗਿਆ। ਦੇਖੋ ਮੁਨੀ ਉਹਨਾਂ ਦੇ ਪੈਰ ਧੋਣ ਲਈ ਪਾਣੀ ਲੈ ਕੇ ਆ ਗਿਆ। ਗਣਕਾ ਤਬ ਮੁਖ ਇਹੋ ਬਖਾਨੇ, ਤੇ ਉਹ ਖਾਲਸਾ ਗਣਕਾ ਤਬ ਮੁਖ ਇਹੋ ਬਖਾਨੇ, ਉਹਨਾਂ ਗਣਕਾ ਨੇ ਆਪਣੇ ਮੁਖ ਤੋਂ ਇਸ ਤਰ੍ਹਾਂ ਆਖਿਆ, ਕਹਿੰਦੇ ਅਸੀਂ ਇੱਕ ਦੂਜੇ ਨੂੰ ਨਹੀਂ ਛੂੰਦੀਆਂ, ਐ ਰਿਸ਼ੀ ਜੀ ਅਸੀਂ ਮਹਾਂ ਰਿਸ਼ੀ ਹਾਂ, ਦੂਜੇ ਨਾਲ ਨਹੀਂ ਛੋ ਸਕਦੇ। ਪਾਣੀ ਰੱਖ ਦੋ, ਸਾਡੇ ਪੈਰ ਨਾ ਧੋ, ਸਾਡੇ ਪੈਰ ਪਾਣੀ ਨਾਲ ਨਾਲ ਧੋਵੋ ਰਿਸ਼ੀ ਜੀ। ਹਮਰੇ ਤਪ ਬਨ ਫਲ ਮੁਖ ਦੋਦਾਰੋ, ਸਾਡੇ ਜਿਹੜੇ ਕਹਿ ਲੋ ਤਪ ਬਨ ਦੇ ਜਿਹੜੇ ਜੰਗਲ ਦੇ ਜਿਹੜੇ ਸਾਡੇ ਫਲ ਹਨ ਨਾ, ਉਹ ਮੁਖ ਚ ਪਾ ਲੋ, ਭਾਵ ਸਾਡੇ ਜਿਹੜੇ ਤਪੋ ਬਨ ਦੇ ਫਲ ਹਨ ਉਹ ਤੋਂ ਛਕ ਲੋ। ਇਹ ਜਿਹੜੇ ਘੇਵਰ ਹਨ, ਲੱਡੂ ਹਨ, ਇਹ ਅਸੀਂ ਲੈ ਕੇ ਆਏ ਹਾਂ, ਇਹ ਖਾ ਲਓ। ਸ੍ਰਿੰਗੀ ਰਿਖ ਕੇ ਮਨ ਬਿਗਸਾਏ, ਤੇ ਜਿਹੜੇ ਸ੍ਰਿੰਗੀ ਰਿਖ ਨੇ ਸੁਣਿਆ ਉਹਦਾ ਮਨ ਬੜਾ ਹੈਰਾਨ ਹੋਇਆ। ਖਾਏ ਜਲੇਬੀ ਲਾਚੀ ਦਾਣੇ, ਉਹਨੇ ਜਲੇਬੀਆਂ ਲਾਚੀ ਦਾਣੇ ਖਾ ਲਏ, ਅਹੋ ਸਵਾਦ ਮਨ ਮੁਖੋ ਬਖਾਨੇ। ਕਹਿੰਦਾ ਮੁਨੀ, ਉਹ ਕਹਿੰਦਾ ਮੁਨੀ ਜੀ ਇਹਦੇ ਬੜਾ ਸਵਾਦ ਹੈ, ਇਹਦਾ ਮੁਖ ਤੋਂ ਆਖਿਆ ਬੜੇ ਸੋਹਣੇ ਹਨ। ਮਿਲ ਕਰ ਗਣਕਾ ਗਾਇਨ ਕਰੇ, ਤੇ ਮਿਲ ਕੇ ਉਹਦੇ ਉਹ ਗਣਕਾ ਨੇ ਕੰਜਰੀਆਂ ਨੇ ਗਾਇਨ ਸ਼ੁਰੂ ਕਰਤਾ। ਮਨਵਰ ਜਾਣੇ ਵੇਦ ਉਚਰੇ, ਮਨੂ ਨੀ ਜਾਣਾ ਵੇਦ ਉਚਰ ਰਹੀਆਂ, ਉਹਨਾਂ ਨੂੰ ਪਤਾ ਲੈਕਚਰ ਗੀਤਕਾਰੀਆਂ ਦਾ, ਉਹ ਸੋਚਣਾ ਵੇਦ ਉਚਾਰ ਰਹੀਆਂ ਹਨ। ਤੁਮਰੇ ਮੁਖ ਸਰੋਜ ਮੁਖ ਰੰਦਾ, ਕਹਿੰਦਾ ਤੁਹਾਡੇ ਮੁਖ ਤਾਂ ਕਮਲ ਵਰਗੇ ਸੋਹਣੇ ਹਨ, ਕਦੀ ਵੇਖਿਆ ਨਹੀਂ ਸੀ, ਤੁਹਾਡੇ ਕਹਿ ਲਓ ਸਰੋਜ ਕਮਲ ਵਰਗੇ ਮਕਰੰਦਾ ਕਹਿ ਲਓ ਰਸ ਬਾਹਰ ਆ ਰਿਹਾ ਹੈ। ਵੇਦ ਮੁਨੇ ਉਰਜਨ ਹੈ ਆਨੰਦਾ, ਤੇ ਲੱਗਦਾ ਹੈ ਵੇਦ ਧੁਨੀ, ਵੇਦਾਰੀ ਧੁਨੀ ਕਹਿ ਲਓ ਜਦੋਂ ਬਾਹਰ ਆਉਂਦੀ ਤਾਂ ਮਨ ਵਿੱਚ ਆਨੰਦ ਆਉਂਦਾ ਹੈ। ਪਦ ਕ੍ਰਮ ਜਟਾ ਅਪੂਰਬ ਧਾਰੀ, ਤੁਹਾਡੇ ਜਿਹੜੇ ਪਦ ਕ੍ਰਮ ਜਟਾ ਤੁਹਾਡੇ ਚਰਨ ਹਨ, ਤੁਹਾਡੀ ਜਟਾਵਾਂ ਹਨ, ਉਹ ਪੂਰਬ ਮੈਂ ਪਹਿਲਾਂ ਕਦੀ ਨਹੀਂ ਵੇਖੀਆਂ, ਤੁਸੀਂ ਚੰਗੇ ਬੜੇ ਮਹਾਨ ਮੁੱਖ ਕੈਸੇ ਮੁਨੀ ਆਏ ਹੋ। ਪੜ੍ਹਾਏ ਜੋ ਮੁਖ ਉਚਾਰੇ, ਤੁਸੀਂ ਜਿਹੜੇ ਮੁਖ ਤੋਂ ਵੇਦ ਉਚਾਰਨ ਕਰ ਰਹੇ ਹੋ ਨਾ, ਇਹ ਮੈਂ ਕਦੀ ਸੁਣੇ ਨਹੀਂ, ਤੁਹਾਨੂੰ ਕਿਤੇ ਬ੍ਰਹਮਾ ਨੇ ਪੜ੍ਹਾਇਆ, ਇਹ ਤੁਹਾਨੂੰ ਬ੍ਰਹਮਾ ਨੇ ਕਿਤਾਬ ਪੜ੍ਹਾਇਆ ਹੈ। ਤੇ ਇਸ ਤਰ੍ਹਾਂ ਖਾਲਸਾ ਜਦੋਂ ਉਸ ਰਿਸ਼ੀ ਨੇ ਉਹਨਾਂ ਵੱਲ ਵੇਖਿਆ, ਜਿਵੇਂ ਰਾਤ ਦੇ ਸਮੇਂ ਚੰਦਰਮਾ ਵੱਲ ਚਕੋਰ ਵੇਖਦਾ ਨਾ, ਉਹ ਇਸ ਤਰ੍ਹਾਂ ਵੇਖਣ ਲੱਗਾ। ਅਹੋ ਹਮਾਰੇ ਭਾਗ ਸੁਨਏ, ਕਹਿਣ ਲੱਗਾ ਫਿਰ ਕਹਿਣ ਲੱਗਾ ਸਾਡੇ ਆਹ ਕਮਾਲ ਹੋ ਗਈ, ਮੇਰੇ ਭਾਗ ਬੜੇ ਜਾਗੇ, ਵਧੀਆ ਜਾਗੇ ਹਨ। ਇਹ ਮੁਨ ਬ੍ਰਹਮ ਲੋਕ ਤੇ ਆਏ, ਇਹ ਸਾਰੇ ਮੁਨੀ ਬ੍ਰਹਮਾ ਲੋਕ ਤੋਂ ਆਏ, ਬ੍ਰਹਮ ਲੋਕ ਤੋਂ ਆਏ ਹਨ। ਯਾਂ ਕੇ ਬਲ ਕਲ ਐਸੇ ਸੋ ਹੈ, ਇਹਨਾਂ ਦੇ ਜਿਹੜੇ ਭੋਜ ਬਸਤਰ ਹਨ, ਕੱਪੜੇ ਪਾਏ ਹੋਏ ਬੜੇ ਸੋਹਣੇ ਹਨ। ਤੜਤ ਪੁੰਜ ਜਨ ਮੈਂ ਮਨ ਮੋਹ, ਮਾਨੋ ਕਹਿ ਲੋ ਮਨ ਵਿੱਚ ਅਗਲੇ ਬਿਜਲੀ ਦੀ ਕਹਿ ਲੋ ਸਮੂਹ ਪਾਉਂਦਾ, ਬਿਜਲੀ ਚਮਕੇ ਚਮਕਦੀ ਨਾ, ਤੇ ਇਸ ਤਰ੍ਹਾਂ ਮਨ ਭਟਕਦਾ ਜਦੋਂ ਖਾਲਸਾ ਨੂੰ ਛੂਹ, ਤੇ ਇਸ ਤਰ੍ਹਾਂ ਕਹਿੰਦਾ ਤੁਹਾਡੇ ਮੁੱਖ ਸੋ ਰਹੇ ਹਨ ਤੇ ਮੇਰੇ ਮਨ ਨੂੰ ਮੋਹਿਤ ਕਰ ਰਹੇ ਹਨ। ਬਨ ਫਲ ਮੇਸ਼ਰ ਮਧੁਰ ਧੁਨ ਬੇਦਾ, ਤੁਹਾਡੇ ਜੰਗਲ ਦੇ ਫਲ ਬੜੇ ਮਿੱਠੇ ਹਨ, ਬੜੇ ਮਧੁਰ ਹਨ, ਤੁਹਾਡੀ ਜਿਹੜੀ ਧੁਨੀ ਹੈ ਗਾਇਨ ਕਰਨ ਦੀ ਬੜੀ ਮਿੱਠੀ ਹੈ। ਮਨ ਕੋ ਨਿਖਲ ਮਿਟਾਵੇ ਖੇਤਾ, ਤੇ ਸਾਰੇ ਮਨ ਦੇ ਨਿਖਲ ਕਹਿੰਦੇ ਸਾਰੇ ਹੀ ਜਿਹੜੇ ਖੇਤ ਦੁੱਖ ਮਿਟਾਉਣ ਵਾਲੇ ਹਨ। ਸੁੰਦਰ ਸੀਸ ਜਟਾ ਅਤਕਾਰੀ, ਤੁਹਾਡੇ ਸੀਸ ਤੇ ਜਟਾ ਹਨ ਬੜੀਆਂ ਸੋਹਣੀਆਂ, ਬੜੀ ਕਾਲੀ ਜਟਾਵਾਂ ਹਨ। ਮਨੋ ਬਿਰੰਚ ਸੋ ਸਵੈ ਹਾਥ ਸੰਭਾਰੀ, ਮਾਨੋ ਬਿਰੰਚ ਨੇ ਆਪਣੇ ਹੱਥਾਂ ਨਾਲ ਹੀ ਤੁਹਾਡੀ ਜਟਾਵਾਂ ਸਵਾਰੀਆਂ ਹੋਣ। ਤਪ ਕੋ ਤੇਜ ਪਾਲ ਮੈਂ ਦਮਕੈ, ਤੇ ਤੁਹਾਡੇ ਤਪ ਦਾ ਤੇਜ ਤੁਹਾਡੇ ਮੱਥੇ ਤੇ ਚਮਕ ਰਿਹਾ ਹੈ। ਕਿਰਣਾ ਸਹਿਤ ਮਾਨੋ ਸਸ ਚਮਕੈ, ਤੇ ਕਿਰਣਾ ਸਹਿਤ ਮਾਨੋ ਚੰਦਰਮਾ ਚਮਕਦਾ ਹੋਵੇ, ਤੁਹਾਡੇ ਚਿਹਰੇ ਤੇ ਇਸ ਤਰ੍ਹਾਂ ਰੌਣਕ ਆ ਰਹੀ ਹੈ। ਤੇ ਆਓ ਇਤਨਾ ਹੀ ਅੱਜ ਸ਼ਰਵਣ ਕਰਨਾ, ਤੇ ਨਾਲ ਹੀ ਇਹਦੇ ਨਾਲ ਅਗਲਾ ਪਦ ਅਸੀਂ ਸ਼ੁਰੂ ਕਰੀਏ, ਕਿਉਂਕਿ ਸਮਾਂ ਥੋੜ੍ਹਾ ਹੈ। ਆਓ ਇਹਨੂੰ ਸੇਵਾ ਕਰਨੀ ਆ, ਸੇਵ ਕਰਕੇ ਅਗਲਾ ਅਸੀਂ ਫਿਰ ਸ਼ੁਰੂ ਕਰਦੇ ਹਾਂ।